की बंदा परवरी है, ये सब तुम्हारा करम है आका के बात अब तक बनी हुई है। ऐलान किया जाता भराओ शेरे बलोच के कबूतर नाल, जेड़ा कबूतर बाल बाजी लाना चाहता ला ले। कबूतर बाल भावे हासिलपुर के इलाके दे ते भावे दूसरे इलाके दे, शेरे बलोई दे कबूतर दा कोई जोड़ नहीं, साडे कबूतरां दी भी कोई जोड़ नहीं। कबूतर तो थल्ले आ गई,
कबूतर ख्याल है घबराना नहीं कोई गल नहीं दोस्ता जित तो साड़ी होएगी एदी एक गोली शेरे बलोच ते उच्चे कबूतर नू थल्ले लिया सुटेगी
इधर क्या करता है? तुमको किधर जाता है? ओ, तुम्हारा माँ बाप किधर है? वाचन वाला नहीं लपा, शायद वो उसे गड्डी थल्ले आके लाला जी पास। जान वाले का दुख तो बड़ा होता है, नाले वापस भी नहीं आ सकते, पर मैं तुम अपने तो वक्त नहीं उड़ जाएगा लाला जी, मैं तुम अपने तो वक्त नहीं उड़ जाएगा। तेरे कबूतर ने दुश्मनी की बुनियाद रख देती है शेरिया, ते हुन आन वाला वक्त इतने कबरां दी कई मंजिला बना देगा। जो मर्जी कहना भाभी, असा तेन अपनी मां ते राणा ने अपनी धी मान लिया, वेला आया इस रिश्ते की पछाण भी करा देंगे। सिर्फ शरीके की उम्मीद की जा सकती राणा देवा, वेखना तुसी इन्हें तड़ी चपेट का बड़ा डांडा बदला लेना। रीना यह कह रही है साड़ी धी राणी, अपनी चाची के राय चो कंडे चुक रही सा, किधरे कोई कंडा मेरे चाची के पैर च ना लग जाए। सियाने ने सच कहते ने, जिस घर धी ना हो फरिश्ते नहीं आते। पता ही चाचा, मां कह रही सी कि चाची आ गई तो चाचा तेरी लाड नहीं चुकेगा। किस तरह हो सकता कि लाड नहीं चुकेगा, कभी प्यो दी भी लाड खत्म होए ने, चली ना हो जा, असी तेरी चाची नहीं लिया। लावे मिठू, तू बड़ा सियाना है यार, जे साड़ी तीनों कदे साड़ी लोड़ पई तेरी आवाज साढ़े तक जरूर पहुंचाई यार। नूरपुर पहुंची है, सरदार खान सुन के आप ही तेरे को आ गया। वाह सरदार खान, वाह, तू जीवे हजारों साल, सुपर ताकत ते कली नहीं मार, ते जे दो मिल जा ते दुनिया दी वड़ी तू वड़ी जंग जीत सकने। ओ शेरा, साढ़े तेरे वाजिब हो गया है।
ਉਹਨਾਂ ਨੂੰ ਪੈਗਾਮ ਭੇਜ ਦਿਓ ਕਿ ਉਹ ਆਪਣੀ ਔਲਾਦ ਨਾਲ ਜਿੰਨਾ ਵੀ ਲਾਡ ਕਰ ਸਕਦਾ ਹੈ ਕਰ ਲਵੇ। खून दनाता तेरे प्यार दा मैनू मान मेरी जिंद जान तू बाबल चाचा सदा असली खून दनाता सदा असली खून दनाता। ਵੱਡਾ ਭਰਾ ਮਿਜ਼ਾਇਲ ਐਵੇਂ ਸ਼ੇਰੇ ਬਲੋਚ ਤੋਂ ਚਿੜ ਕੇ ਸਾਨੂੰ ਕਾਫੀ ਜ਼ਲੀਲ ਕੀਤਾ ਸੀ। ਅੱਛਾ ਤੂੰ ਇਹਨੂੰ ਜ਼ਲੀਲ ਕੀਤਾ ਸੀ? ਬਹੁਤ ਚੰਗਾ ਕੀਤਾ ਸੀ। ਕੁੱਤਾ ਕੁੱਤੇ ਦਾ ਵੇਰੀ ਹੁੰਦਾ ਹੈ। ਨਾਲੇ ਕੁੱਤਾ ਕੁੱਤੇ ਨੂੰ ਵੇਖ ਕੇ ਭੌਂਕਦਾ ਵੀ ਏ। ਜੇ ਭੌਂਕਦਾ ਨਾ ਤੇ ਅਸੀਂ ਇਹਨੂੰ ਕੁਚਲਾ ਵੀ ਨਾ ਦਿੰਦੇ। ਕਿਹੜਾ ਪਾਲੋ ਕਹਿਣਾ ਪੈ ਰਿਹਾ ਕਿ ਅਸੀਂ ਮਾਰਨ ਤੇ ਤੇਰੇ ਨਿੱਕੇ ਭਰਾ ਨੂੰ ਆਏ ਸਾਂ, ਪਰ ਨਿਸ਼ਾਨਾ ਤੂੰ ਬਣ ਗਿਆ। ਵੈਸੇ ਦੁਸ਼ਮਣ ਦਾ ਭਰਾ ਹੋਣਾ ਵੀ ਬਹੁਤ ਵੱਡਾ ਜੁਰਮ ਹੈ। ਲੱਗਦਾ ਤੇਰੀ ਮਾਂ ਨੇ ਸਾਰੀ ਉਮਰ ਚ ਇੱਕੋ ਹੀ ਬੇਗਾਰਾ ਜੰਮਿਆ, ਤੇ ਤੂੰ ਨਹੀਂ ਤੇ ਭਰਾਵਾਂ ਦੀ ਕੁਰਬਾਨੀ ਨੂੰ ਜੁਰਮ ਨਾ ਕਹਿੰਦਾ। ਓ ਯਾਰ ਖਲੋਤੇ ਹੋਣ ਤੇ ਭਰਾਵਾਂ ਦੀ ਲੋੜ ਹੀ ਨਹੀਂ ਹੁੰਦੀ। ਉਹ ਤੁਹਾਨੂੰ ਤੇ ਮੇਰਾ ਖਿਆਲ ਹੈ ਪਿਓਾਂ ਦੀ ਵੀ ਲੋੜ ਨਹੀਂ ਹੁੰਦੀ। ਉਹ ਦਲੀਲ ਯਾਰ ਦਿਆ ਬਖੀਲ ਯਾਰਾ, ਜਿਹਦਾ ਭਰਾ ਨਹੀਂ ਉਹਦੀ ਬਾਂ ਨਹੀਂ, ਜਿਹਦਾ ਪਿਓ ਨਹੀਂ ਉਹਦਾ ਨਾਂ ਨਹੀਂ, ਉਹ ਜੱਜ ਦੀ ਮਾਂ ਨਹੀਂ ਉਹਦੀ ਛਾਂ ਨਹੀਂ। ਮਾਰੀਓ ਗੋਲੀਆਂ ਦਾ ਡਰਾਮਾ ਸ਼ੁਰੂ ਕਰੋ। ਉਹ ਜੇ ਸ਼ਿਮਰ ਤੇ ਯਜ਼ੀਦ ਇਕੱਠੇ ਹੋ ਹੀ ਗਏ ਹੋ, ਗੋਲੀ ਚਲਾਓ।
ਯਤੀਮ ਹੋ ਗਿਆ। ਦੱਸੋ ਮੇਰੇ ਲਾਲੇ ਨੂੰ ਕਤਲ ਕਿਹਨੇ ਕੀਤਾ? ਕਿਹਨੇ ਕੀਤਾ ਕਤਲ ਮੇਰੇ ਲਾਲੇ ਨੂੰ? ਮੈਂ ਕਤਲ ਕਰਕੇ ਲੋਕਾਂ ਕੋਲੋਂ ਪੁੱਛੇ ਕਿ ਕਾਤਿਲ ਕੌਣ ਹੈ, ਖੂਨ ਵਗਾ ਕੇ ਪੁੱਛਦੇ ਕਿ ਖੂਨੀ ਕਿਹੜਾ ਹੈ। ਮੈਂ ਜੇ ਸ਼ਰੀਕ ਬਣਿਆ ਤਾਂ ਸਾਰੇ ਆਮ ਸ਼ਰੀਕਾਂ ਬਹਾਵੇ। ਤੈਨੂੰ ਗਲਤ ਫਹਿਮੀ ਹੋਈ ਹੈ ਭਾਬੀ, ਕਦੇ ਪੁੱਤਰਾਂ ਨੇ ਵੀ ਆਪਣੇ ਪਿਓ ਕਤਲ ਕਰਕੇ ਆਪਣੀਆਂ ਮਾਵਾਂ ਨੂੰ ਬੇਵਾ ਕੀਤਾ? ਬੇਵਾ ਵੀ ਕਰ ਦਿੱਤਾ ਜੀ, ਧੀ ਵੀ ਯਤੀਮਣੀ ਹੋ ਗਈ ਹੈ। ਮੂੰਹ ਤੇ ਵਜੀਰ ਚ ਭੇੜ ਦਾ ਇਹੋ ਜਿਹਾ ਬਦਲਾ ਲਿਆ ਜੀ ਕਿ ਇਸ ਧਰਤੀ ਦੇ ਕਿਸੇ ਦੁਸ਼ਮਣ ਨੇ ਇਹੋ ਜਿਹੀ ਦੁਸ਼ਮਣੀ ਨਹੀਂ ਨਿਭਾਈ ਹੋਵੇਗੀ। ਵੀ ਅੱਜ ਤੋਂ ਇਸ ਘਰ ਦੇ ਦਰਵਾਜ਼ੇ ਤੇਰੇ ਤੇ ਹਮੇਸ਼ਾ ਨਹੀਂ ਬੰਦ ਦੇਵੇ। ਤੇਰੀ ਜ਼ਿੰਦਗੀ ਨਾਲੀ ਸਾਰੀਆਂ ਸਰਦਾਰੀਆਂ ਸਨ, ਅੱਜ ਤੇਰੀਆਂ ਅੱਖਾਂ ਕੀ ਬੰਦ ਹੋਈਆਂ? ਲੇਕਿਨ ਸਾਡੇ ਲਈ ਹੁਣ ਤੇਰੇ ਘਰ ਦੇ ਦਰਵਾਜ਼ੇ ਵੀ ਬੰਦ ਹੋ ਗਏ ਨੇ ਲਾਲਾ। ਕਿਹਨੇ ਸਾਡੀ ਭਾਬੀ ਨੂੰ ਕਿ ਸਾਡੇ ਆਪਣੇ ਘਰ ਦੇ ਦਰਵਾਜ਼ੇ ਖੋਲਦੇ? ਲਾਲਾ ਸਾਡੇ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ। ਖਾਲੀ ਘਰ ਦੇ ਬੂਹੇ ਬੰਦ ਨਹੀਂ, ਮੈਂ ਤੈਨੂੰ ਇਹਦੇ ਜਨਾਜ਼ੇ ਨੂੰ ਕੰਧਾ ਵੀ ਨਹੀਂ ਦੇਣ ਦੇਣਾ ਤੇ ਮੂੰਹ ਵੀ ਨਹੀਂ ਵੇਖਣ ਦੇਣਾ, ਕੱਪੜੇ ਵੀ ਨਹੀਂ ਲਾ ਦੇਣਾ। ਮੈਂ ਬੇਕਸੂਰ ਹਾਂ ਭਾਬੀ, ਮੈਂ ਬੇਕਸੂਰ ਹਾਂ। ਵੇ ਜੇ ਤੂੰ ਬੇਕਸੂਰ ਹੈ ਤੇ ਇਹਦੇ ਕਾਤਲਾਂ ਨੂੰ ਲੱਭ ਕੇ ਲਿਆ। ਜੇ ਇਹਦੇ ਅਸਲ ਕਾਤਲਾਂ ਨੂੰ ਲੱਭ ਲਏਗਾ ਤੇ ਮੈਂ ਤੇਰੀ ਮਾਂ, ਵੇ ਨਹੀਂ ਤੇ ਆਪਣੇ ਆਪ ਸੂਲੀ ਤੇ ਚੜ ਜਾਈ, ਸ਼ਰੀਕਾ ਸੂਲੀ ਤੇ ਚੜ ਜਾਈ। ਭਾਬੀ ਹੁਣ ਜੇ ਤੂੰ ਮੇਰੇ ਪੈਰਾਂ 'ਚ ਇਸ ਸ਼ਰਤ ਦੀਆਂ ਜ਼ੰਜੀਰਾਂ ਪਾ ਦਿੱਤੀਆਂ ਨੇ ਤੇ ਫੇਰ ਹੁਣ ਮੈਂ ਤੈਨੂੰ ਉਦੋਂ ਹੀ ਮੂੰਹ ਵਿਖਾਵਾਂਗਾ ਜਦੋਂ ਆਪਣੇ ਭਰਾ ਦੇ ਕਤਲ ਕੋਲੋਂ ਬਦਲਾ ਲਵਾਂਗਾ, ਉਹਨਾਂ ਨੂੰ ਲੱਭ ਲਵਾਂਗਾ। ਰਾਣੋ, ਪਿਓ ਧੀ ਦਾ ਰਿਸ਼ਤਾ ਤੇ ਨਹੀਂ ਟੁੱਟਿਆ, ਪਰ ਭਾਬੀ ਨੇ ਮਾਂ ਪੁੱਤਰ ਦਾ ਰਿਸ਼ਤਾ ਤੋੜ ਦਿੱਤਾ। ਲਾਲੇ ਦਾ ਜਨਾਜ਼ਾ ਉੱਠੇ ਤੇ ਮੇਰੇ ਵੱਲੋਂ ਦੋ ਅਥਰੂ ਸੁੱਟਦੇ ਹੀ ਰਹਿਣ, ਮੈਂ ਦੁਸ਼ਮਣਾਂ ਨੂੰ ਲੱਭ ਕੇ ਹੁਣ ਆਉਣਾ ਵਾਂ। ਪਰ ਤੂੰ ਕਾਤਲਾਂ ਨੂੰ ਕਿਵੇਂ ਲੱਭੇਗਾ? ਕਾਤਲਾਂ ਨੂੰ ਸਵਾਏ ਰੱਬ ਦੀ ਜ਼ਾਤ ਦੇ ਕਿਸੇ ਨੇ ਨਹੀਂ ਵੇਖਿਆ, ਪਰ ਉਸ ਵੇਲੇ ਤੇਰਾ ਮਿੱਠੂ ਕਬੂਤਰ ਉਹਨਾਂ ਕਾਤਲਾਂ ਦੀਆਂ ਸ਼ਕਲਾਂ ਜ਼ਰੂਰ ਵੇਖ ਰਿਹਾ ਸੀ। ਜੇ ਮਿੱਠੂ ਕਬੂਤਰ ਨੇ ਉਹਨਾਂ ਕਾਤਲਾਂ ਦੀਆਂ ਸ਼ਕਲਾਂ ਵੇਖ ਲਈਆਂ ਨੇ ਮੀਆਂ ਜੀ, ਤੇ ਫੇਰ ਉਹ ਹੁਣ ਨਹੀਂ ਭੁੱਲਦਾ। ਮਿੱਠੂ ਸੁਣੇ, ਤੂੰ ਸਹੀ ਆਜ਼ਾਦ ਹੈ ਤੇ ਸਹੀ ਆਜ਼ਾਦ ਨੇ ਕਰਬਲਾ ਦੇ ਮੈਦਾਨ ਵਿੱਚ ਹਮੇਸ਼ਾ ਜ਼ੁਲਮ ਦੇ ਖਿਲਾਫ ਮਜ਼ਲੂਮਾਂ ਦੀ ਹਮਾਇਤ ਕੀਤੀ ਹੈ। ਚੱਲ ਉਹਨਾਂ ਕਾਤਲਾਂ ਦੇ ਮੋਢਿਆਂ 'ਤੇ ਬਹਿ ਕੇ ਮੈਨੂੰ ਮੇਰੇ ਭਰਾ ਦੇ ਕਾਤਲਾਂ ਦੀ ਪਛਾਣ ਕਰਾ ਦੇ, ਮੈਂ ਤੈਨੂੰ ਹਰ ਕਬੂਤਰਬਾਜ਼ ਤੇ ਹਰ ਬਦਮਾਸ਼ ਦੇ ਡੇਰੇ 'ਤੇ ਲੈ ਕੇ ਜਾਵਾਂਗਾ। ਓ ਤੇਰੇ ਦਰਾ, ਮੇਰੇ ਮਿੱਠੂ ਨੂੰ ਆਪਣਾ ਚਿਹਰਾ ਕਿਰਾ ਹੈ। ਓਏ, ਕਿਸੇ ਚੰਗੀ ਨਸਲ ਦਾ ਕਬੂਤਰ ਲਿਆਉਣ ਆਇਆ ਕਿ ਦੁਸ਼ਮਣੀ ਕਰਨ ਆਇਆ? ਗੋਲੀਆਂ ਮਾਰ ਮਾਰ ਕੇ ਚਲ ਨਿਕਲਦੇ ਨਹੀਂ। ਲੈ ਮਿੱਠੂ, ਕਾਤਲ ਪਛਾਣ ਹੈ। ਬਾਹਰ ਨਿਕਲ ਕੇ ਆਪਣੀ ਸ਼ਨਾਖਤ ਕਰਾਏ। ਚੱਲ ਮਿੱਠੂ, ਇਹਨੂੰ ਪਛਾਣ, ਕਿਧਰੇ ਆ ਕਾਤਲ ਤੇ ਨਹੀਂ। ਵੀ ਕੋਈ ਦੁਸ਼ਮਣਦਾਰ ਹੀ ਲੱਗਦਾ ਹੈ।
ਮੇਰਾ ਪਾਕ ਪਰਵਰਦਿਗਾਰ, ਤੂੰ ਚਾਹਵੇਂ ਤੇ ਚਿੜੀਆਂ ਕੋਲੋਂ ਬਾਜ਼ ਮਰਵਾ ਸਕਣਾ, ਮੇਰੇ ਮਿੱਠੂ ਨੂੰ ਵੀ ਤਾਕਤ ਅਤਾ ਕਰ ਕਿ ਉਹ ਵੀ ਕਾਤਲਾਂ ਤੱਕ ਪਹੁੰਚ ਸਕੇ। ਲੈ ਯਾਰ ਮਿੱਠੂ, ਅਸੀਂ ਹੁਣ ਦਰਖਾਸਤ ਸੋਹਣੇ ਰੱਬ ਅੱਗੇ ਕੀਤੀ ਏ, ਤੂੰ ਹੁਣ ਉਹਦੇ ਮੇਰੇ ਸਾਹਮਣੇ ਆਉਣਾ ਜਦੋਂ ਕਾਤਲਾਂ ਦੀ ਖਬਰ ਲੈ ਕੇ ਆਵੇਗਾ। ਰੱਬ ਰਾਖਾ। ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਗੌਰਮੈਂਟ ਜਦੋਂ ਤੁਹਾਨੂੰ ਪਲਾਟ ਦੇਵੇਗੀ ਤੇ ਤੁਸੀਂ ਉਹ ਪਲਾਟ ਸਸਤੀ ਕੀਮਤ ਤੇ ਸਾਨੂੰ ਵੇਚ ਦਿਓਗੇ। ਓਏ, ਸਾਡੇ ਅੱਗੇ ਵੇਚਣ ਦੀ ਬਜਾਏ ਆਪਣੇ ਮਕਾਨ ਸ਼ੁਰੂ ਕਰ ਲੈ ਨੇ। ਓਏ, ਤੁਹਾਨੂੰ ਤੂਫਾਨ ਕੀ ਕਹਿੰਦੇ ਨੇ? ਇਹ ਪਲਾਟ ਵੇਚ ਕੇ ਕਿਸੇ ਖਾਲੀ ਥਾਂ ਤੇ ਜਾ ਕੇ ਚੁੱਗੀਆਂ ਪਾ ਲਓ, ਹੋਰ ਪਲਾਟ ਲੱਭ ਜਾਣਗੇ। ਹਕੂਮਤ ਇਹਨਾਂ ਨੂੰ ਰਜਾਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਤੁਸੀਂ ਇਹਨਾਂ ਗਰੀਬਾਂ ਦੀ ਰੋਟੀ ਖਾ ਕੇ ਇਹਨਾਂ ਨੂੰ ਭੁੱਖਿਆ ਕਰਦੇ ਜਾ ਰਹੇ ਹੋ। ਆਪ ਪੰਜ ਪੰਜ ਕਨਾਲ ਦੀਆਂ ਕੋਠੀਆਂ ਚ ਰਹਿੰਦੇ ਹੋ, ਇਹਨਾਂ ਗਰੀਬਾਂ ਕੋਲ ਤਿੰਨ ਮਰਨੇ ਵੀ ਬਰਦਾਸ਼ਤ ਨਹੀਂ ਕਰਦੇ। ਤੁਸੀਂ ਬੇਫਿਕਰ ਹੋ ਕੇ ਆਪਣੇ ਮਕਾਨ ਬਣਾਓ, ਜੇ ਤੁਹਾਡੀਆਂ ਚੁੱਗੀਆਂ ਨੇ ਰਹਿਣਗੀਆਂ ਤੇ ਮੈਂ ਇਹਨਾਂ ਦੀਆਂ ਹਵੇਲੀਆਂ ਤੇ ਬੰਗਲੇ ਵੀ ਨਹੀਂ ਰਹਿਣ ਦਿਆਂਗਾ। ਮਜ਼ਲੂਮਾਂ ਦੀ ਮਦਦ ਕਰਨ ਵਾਲਾ ਇਨਸਾਨ ਲੱਗਣਾ, ਸਾਨੂੰ ਵੀ ਤੇਰੀ ਮਦਦ ਦੀ ਲੋੜ ਏ। ਇੱਕ ਵਾਰੀ ਸਾਡੀ ਜਗੀਰਦਾਰ ਨੂੰ ਮਿਲਾ ਜੇ ਉਹਦੇ ਤਰਸ ਆ ਜਾਵੇ ਤਾਂ ਉਹਦਾ ਸਾਥ ਦੇ ਦੇਵੀ। ਠੀਕ ਹੈ, ਤੁਹਾਡੀ ਜਗੀਰਦਾਰਨੀ ਨੂੰ ਵੀ ਮਿਲ ਲੈਣਾ ਵਾ। ਮਾਸੂਮ ਇੱਕ ਬੇਵਾ ਪਰਜਾਈ ਨੂੰ ਖੁਦਾ ਦੇ ਸਪੁਰਦ ਕਰਕੇ ਆਇਆ ਵਾਂ। ਮੈਂ ਆਪਣਾ ਰਸਤਾ ਨਹੀਂ ਬਦਲ ਸਕਦਾ ਜਦ ਤੱਕ ਮੈਂ ਆਪਣਾ ਇੰਤਕਾਮ ਨਾ ਲੈ ਲਵਾਂ। ਰਸਤੇ ਬਦਲ ਜਾਣ ਤੇ ਮੰਜ਼ਿਲ ਨਹੀਂ ਬਦਲਣੀ ਚਾਹੀਦੀ, ਤੇਰੀ ਮੇਰੀ ਮੰਜ਼ਿਲ ਇੱਕ ਹੈ। ਜੇ ਤੂੰ ਕਿਸੇ ਦਾ ਦੁੱਖ ਸੁਣਨ ਤੋਂ ਇਨਕਾਰ ਕੀਤਾ ਤੇ ਮੈਂ ਸਮਝਾਂਗੀ ਤੂੰ ਪੁਸਤੀਲੇ। ਯਾਦ ਰੱਖ, ਜਿਹੜਾ ਕਿਸੇ ਦਾ ਦੁੱਖ ਨਹੀਂ ਵੰਡਾ ਸਕਦਾ ਤੇ ਰੱਬ ਉਹਦਾ ਦੁੱਖ ਨਹੀਂ ਵੰਡਾਏਗਾ। ਕਿਸੇ ਦੀ ਮਜਬੂਰੀ ਨੂੰ ਬੁਸਤਲੀ ਦਾ ਨਾਂ ਦੇਣ ਵਾਲੀ ਆਪਣੇ ਦੁੱਖ ਦੱਸ। ਮੈਂ ਤੇ ਪਹਿਲਾਂ ਹੀ ਆਪਣੇ ਸੀਨੇ ਤੇ ਜ਼ਖਮਾਂ ਦਾ ਢੇਰ ਲਈ ਫਿਰਨਾ ਵਾਂ। ਜੇ ਤੇਰਾ ਇੱਕ ਨਸ਼ਤਰ ਵੱਜ ਗਿਆ ਤੇ ਮੇਰੇ ਦੁੱਖ ਨੂੰ ਕੋਈ ਫਰਕ ਨਹੀਂ ਪਏਗਾ। ਲੈ ਫਿਰ ਮੇਰੇ ਜਾਗੀਰਦਾਰ ਪਿਓ ਦੀ ਵਫਾ ਦੇ ਬਾਅਦ ਮੇਰਾ ਵੱਡਾ ਭਰਾ ਇਸ ਜਾਗੀਰ ਦਾ ਮਾਲਿਕ ਬਣ ਗਿਆ। ਇੱਕ ਜ਼ਾਲਿਮ ਨੇ ਉਹਨੂੰ ਕਤਲ ਕਰਕੇ ਇਸ ਜਾਗੀਰ ਤੇ ਕਬਜ਼ਾ ਕਰ ਲਿਆ। ਮੈਂ ਭਰਾ ਬਣ ਕੇ ਬਦਲਾ ਲੈਣ ਦੀ ਨੀਅਤ ਕੀਤੀ ਤੇ ਉਸ ਤੋਂ ਪਹਿਲਾਂ ਇਸ ਸਦਮੇ ਨਾਲ ਮੇਰੀ ਮਾਂ ਪਾਗਲ ਹੋ ਗਈ। ਉਸ ਕਾਤਲ ਦਾ ਨਾਂ ਕੀ ਹੈ?
پاگل خانے رکھنے جی نہیں سی کیتا اس لیے میں ڈاکٹر نو ایتھے بلا کے علاج کروا لینی ہوں ماں ناجائز اولادو تسی لوکاں دیاں ویلیاں تے ناجائز قبضے کیتے ہوئے نے اج تو میرا علاقہ ہے ایتھے میرا قبضہ ہے تہاڈے تو جڑا وی ایتھے لنگے گا چنگی دے کے لنگے گا اسی اے تیری چنگی بم بنا اڑا دیاں گے ¡Espera!
मैं तेरी तारीफ कर रहा था। तू इन्हें सलाह देके बहुत अच्छा किया। सलाह चाची ने की हाल है, फूफी ने की हाल है, मासी ने की हाल है, मां ठीक ने ना? लगता तेन मावां नाल बड़ा प्यार है, ऐसे लई मैं उस मां का हिसाब लैण आया वा जिन्हों तेरे सुरमा ने पागल कर दिता है। रब करे मेरा वड्डा पुत्र मर जाए जे मैं जुलम करके किसी मां नूं पागल किया। दस तू सुरैया चकीर तारी दे भरा नूं कतल किया या करवाया? रब करे मेरा निक्का पुत्र भी मर जाए जे मैं उहदे भरा नूं कतल किया। दस क्या तू उहनां दी हवेली ते कब्जा नहीं किया? रब करे मेरा सब तो निक्का पुत्र भी मर जाए जे मैं उहदी हवेली ते कब्जा किया होवे। जे झूठ होया तो फिर फिर रब करे जगीरदार मर जाए। पुत्र शेरिया मैं कसम खाना वा मैं उहदा पिओ हां, मेरी धी है, मैं कोई बगैर चाचा नहीं शरीक बन के उहनूं भुल जावांगा। मिया जी पहले तो मेरे रस्ते देखण दे मेरी धी राणी साफ कर दिंदी सी, पर अज पता लगा कि मेरी धी मेरे को बड़ी दूर है। उहनूं मिलण की कोशिश भी ना करी, उहदी मां ते तेरे परछावे नूं ही बर्दाश्त नहीं करदी। जे गल मिया जी ते मेरी धी नूं मेरे कोल सुनेहा दे देना कि तेरा चाचा दुश्मन दी कंड टप के तेनूं मिलण आया सी ते अपना पैर जख्मी करके इतों वापस जा रहे हैं। तेरे प्यार दा मैनू मान मेरी जिंद जान तू बाबल चाचा सदा असली खून गनाता सदा असली खून गनाता बाबल चाचा सदा असली खून दनाता सदा असली खून दनाता। शेरिया वे तू ते भरा दे कातलां नूं फड़ के जूच पैर रखना सी, चोरां वांगू क्यों आ गया? मैं ते कहनी हां फांसी दा फंदा अपने हथी गल च पा के अपने गुनाह बख्शवा लै। चल नहीं मैं कहनी हां चल चल। मरन तो बाद तेरे सामने कोई कंध नहीं होगी। मेरी मनो दे लोटां दा तौलिया बना के ते घर साफ कर दे जगीरदार। की बकवास कर दे? मैं ठीक बैठ गया ना जी। देखो ना जी बैंक च पए पए नोटां ने कोई आंडे ते नहीं देने, नाले तुहाडे वर्गे दौलतमंद वास्ते नोटां दी तोप नाल वड्डे तो वड्डा दुश्मन मुकाणा गल नहीं कोई। मैं तुहाडी मुलाकात इक इहो जिहे जीदार पठान नाल कराउणा जिहड़ा नोट लै के वड्डे तो वड्डा काम कर गुजरेगा। दुनिया च कलम कार है ना कोई अगे ना कोई पिछे ना कोई मां ना कोई प्यो ना कोई भैण ना कोई भरा। तुहानूं तो याद होणा मैं जदों खोती चोरी करन दे केस जेल च गया सां ਉੱਥੇ ਉਹਦੇ ਨਾਲ ਮੁਲਾਕਾਤ ਹੋਈ ਸੀ। ਉਹ ਘਰੇ ਕਿਸ ਕੇਸ ਚ ਆਇਆ ਸੀ? ਉੱਥੇ ਛੇਤੀ ਦਾ ਉਸ ਪਠਾਨ ਦਾ ਪਤਾ ਕਰ ਤੇ ਨੋਟਾਂ ਦਾ ਤੋੜਾ ਲੈ ਕੇ ਸ਼ੇਰ ਬਲੋਚ ਨੂੰ ਖਤਮ ਕਰਨ ਦਾ ਸਦਕ। ਤੋੜਾ? ਨੋਟਾਂ ਨੂੰ ਤੋੜਾ ਲੈ ਕੇ ਤੇ ਉਹ ਅੱਗ ਦੇ ਭਾਂਬੜ ਚ ਛਾਲ ਕੱਢ ਮਾਰੇ? ਯਾ ਖੁਦਾ ਪਾਕਾ पाका हमको माफ करो बेल से बा, तुम्हारे घर के साथ हमारा टक्कर लगे इस बेचारे बच्चा का चीची निकल गया, हमको माफ करो। मेरा बच्चा
मेहरबानी भरावा तू मेरा बच्चा मैं सक दे बचा लिया अल्लाह तेन जिंदगी देवे मामा शुक्रिया मत अदा करो भेणा उस खुदा पाका का शुक्र अदा करो जिसने तुम्हारा बच्चा को बचाया इसने नहीं कुतो जमात मारो खाना इसने हमारे ऊपर चीची कर दिए जमात थी तेन मारांगे ओए तुम कौन कुत्ता बिली उस बच्चे के प्यो ने साडे खिलाफ गोए की थी पर तू ऐसी जिंदगी बचा के अपनी मौत बाज मारी पटाड़ा तुम्हारा पैसा की है बचा हम भी अपना की निकलते पैसा अल्लाह के नाम पर देगा और आधा पैसा अपना पास रखो खुदा तुम्हारा मदद करेगा हम इसमें से आधा खुदा पाका को देगा आधा हम वोट कहेगा फिर तुम्हारा कमाई हलाल हो जाएगा तानेदार सेब फिर तुम्हारा कमाई हलाल हो जाएगा सलाम अलैकुम अभी हां चंगा है अपनी हर कमाई का हिसाब अपना अद्धा अल्लाह ताला दा मजबूर है डॉक्टर साहब मैं मजबूर हाँ मेरा खून जरूर ले लो मेरे भैन भरा भुखे ने ते मां ने दवा चाहिए खून की एक बोतल साडा अज का दिन कट देगी तू कल भी खून की बोतल दे गया है तेरी सेहत इजाजत नहीं देती कि तेरा मजीद खून कटिया जाए सॉरी मैं तेरा खून नहीं ले सकता डॉक्टर साहब तानू ताड़ी मार ही कसमे मैनू अपना खून बेचन तो ना रोको मैनू अपना खून बेचन तो ना रोको वो भाई जान तुम अपना खून क्यों बेचता करना हमने पाकिस्तान को आजाद कराने की खातर इतना खून दे दिया इतना खून दे दिया कि फिर हमको खून देने का जरूरत नहीं पड़े वो भाई जान तुम अगर रोटी के खातर इतना खून अपना बर्बाद करेगा काबर का सज्जन हो गया तो खून किधर से आएगा कहना अकबर खान तुमको खून नहीं बेचने देगा तुम हमारा भाई है अकबर खान तुम पर सिर्फ अपने दुलत खून बंद करेगा अकबर कहना खून मत बेचो मेरा भाई शाबाश चल ये पकड़ो तुम्हारा ये
जाओ मेरा भाई शाबाश, उनका कदर करो, उनका कीमत बनाओ, उनको मत बेचो तुम। ये पूरी कौम तेरे वर्गी हो जाए अकबर खान, ते फिर ना खून बिखे ते ना तिया पैना। चलो अकबर खाना, तुम खुदा पाका का माल अदा करके अपना कमाई खूब हलाल की है, अब इसको पॉकेट में रखो और बिलो जान के पास चलो। रवेगा तुल पाद छावे तेरा
वामा जी इधर आओ, हमारा पास सुनो करा। ये बुलबुल कपट किधर चले गए? तुम्हारी जेब से नोट खत्म और हमारा मुजरा खत्म। ओए तुम तो बहुत बड़ा खंजर है करा, तुमको नोट खत्म हो गया तो क्या जेल निकलते? हाँ साहब, इस वेल मछली से प्यार करण से कोई अदा नहीं। एक बंदे खान वाले समुद्री बना है, सवेरे एक तमाश बीन का नाश्ता करती है और शाम दो तमाश बीन निचोड़ के उन्हें दशोरा शराब शराब करके पी जाती, तकार नहीं मारती। वो चल करो है टेटू का उलट। ओ हाँ साहब, यारों से काटो से गंद बटाने वाली मशीन ज्यादा है। इन्हू पिछले दिन च खाद बनाने का ठेका मिल गया थी, एक कंजर यूरिया बना दी है, एक कंजर यूरिया डरा दो। वो खुदा पर खत्म करते करे तो मेरा शकल बना दिया। अरे कम बखत इतनी रकम दी है तुझे, निस्वार क्यों नहीं खाए कछू? चल निस्वार चल, अभी तुम्हारा वक्त आ गया। ओए अभी बात करो खाना तुम। कमाल के अंडे जिमें तांबे का लोटा होंगे। Ah!
جان ہمارے سب میں ڈالو ہم تم کو پیسے دے گا اپنے علاقے چاہ کے تھانے دار لگا لانا وا پھر سب تو پہلے سریا جگیردارنی نے ملاقات کری پتر جیڑی شیرے بلوچ دے عشق سونے دے کڑے پان دے خواب پہ ویکھتی ہے تسی فکر نہ کرو چاچا جی میں لوہے دیا ہتھ کڑیاں لاواں گا سونے دے کڑے نہیں ٹکران دا شوقے اونوں ظلم کان دا
तुहानू थाने बुलाण दा शौक है, ओनू मंजिल ते पहुंचाण दा। सुनियो, ताडा बड़ा हुक्म मंदा। मन्ने क्यों ना, मेरा ते ओ प्यार है। जे ओ वाकई मुजरिम बन गया, ओदी किस्मत मेरे ते हुस्न दा सिंगार है। जे ओ कातल बन गया, ओदे नसीब मेरे ते दिल दा करार है। जे ओ मफरूर हो गया, वापस आवेगा मैनू ओदे ते एतबार है। मिठू, बड़ी देर बाद नजर आए हैं, लगता है कोई दुश्मन की खबर लेके आए हैं। कबूतर ने तेरी पछाण करा दी है कातला, जे बेकसूर है तो फिर नसी ना, तो जे मेरे भरा का कातल है तो फिर इसे बजरी चज मैं तेरी कबर बनावांगा। अपने भरा के कातल नू लिया के तेरे पैर छुट दिते। उठो ते दस मेरी भाभी नू के मेरे पैर सफाई देने का मौका नहीं दिता ते केड़े कातल मुके ने और मार लिया मंगा। पहला अदालत के कटहरे विच कतल का फैसला ते सुन ले। मैनु सिर्फ अपनी भाभी की अदालत चो बरी होने का शौक है भाभी। फांसी कर दे बूहे बंद हो जान ते बंदा लटक जाता है। बना दे कर दे दरवाजे खोल दे, मैनु कोई नहीं मार सकता। भाग मरिया ते मैं अंती मर गई सा। साडा लाला मरिया ते असी पूरी मर गए भाभी। फिर खलोती लाश नू हाथ कड़िया का कफन मैं आप लावांगी ते फिर अज कला चाचा ही नहीं तेरी ती भी जेल जाएगी। मां अपना इंतकाम पूरा करने अपनी कुआरी तीनों भी जेल भेज दे। मां
ਅੱਜ ਤੇਰੀ ਕੁਆਰੀ ਤੀ ਜੇਲ ਕੱਟ ਆਏਗੀ ਤੇ ਕਹਿਣੀ ਕਿਆਮਤ ਆ ਜਾਏਗੀ। ਆ ਜਾਏਗੀ ਕਿਆਮਤ ਨਾ ਸੁਣੀਏ, ਆ ਜਾਏਗੀ ਕਿਆਮਤ। ਇਸ ਤਰ੍ਹਾਂ ਨਾ ਕਹੋ ਧੀ, ਇਸ ਤਰ੍ਹਾਂ ਨਾ ਕਹੋ। ਹਵਾਲਾਤ ਇਸ ਤੇ ਸਰੀਰ ਤੁਰ ਜਾਏ ਤੇ ਬਦਮਾਸ਼ ਬਣ ਜਾਂਦਾ। ਮੈਂ ਕੱਲੇ ਜੇਲ ਜਾਵਾਂਗਾ। ਤੇਰਾ ਪਿਓ ਇਹ ਨਾ ਕਵੇ ਕਿ ਸਾਨੂੰ ਤੇ ਕਲਿਆ ਕਬਰਾਂ ਚ ਤੋੜ ਦਿੱਤਾ ਸੂ, ਤੇ ਆਪ ਜੇਲ ਵੀ ਕਲਿਆ ਨਹੀਂ ਜਾ ਰਿਹਾ। ਉਹ ਸ਼ੇਰ ਬਲੋਚ ਨੇ ਸਾਡਾ ਬੰਦਾ ਕਤਲ ਨਹੀਂ ਕੀਤਾ, ਉਹਨੇ ਆਪਣੀ ਮਾਂ ਤੋਂ ਆਵਾਜ਼ ਦਿੱਤੀ ਹੈ। ਉਹ ਉਹਨੂੰ ਪੁਲਿਸ ਕੋਲੋਂ ਖੋ ਕੇ ਪਕਾ ਕੇ ਖਾ ਜਾਓ। ਛੱਡ ਦੇ ਇੰਸਪੈਕਟਰ, ਇਹ ਕਾਨੂੰਨ ਦਾ ਨਹੀਂ, ਸਾਡੇ ਬੰਦੇ ਦਾ ਕਾਤਲ ਹੈ। ਇਹਦਾ ਵਲੀਮਾ ਵੀ ਅਸੀਂ ਕਰਾਂਗੇ। ਇਸ ਕੜੀ ਖੋਲ ਦੇ ਥਾਣੇਦਾਰਾ, ਮੈਂ ਇਸ ਧਰਤੀ ਦੇ ਕੰਨ ਨੂੰ ਸਾਫ ਕਰਕੇ ਆਪ ਤੇਰੇ ਕੋਲ ਥਾਣੇ ਪਹੁੰਚ ਜਾਵਾਂਗਾ। ਮੁਜਰਮ ਦੀ ਜ਼ਿੰਦਗੀ ਬਚਾਉਣਾ ਕਾਨੂੰਨ ਦਾ ਫਰਜ਼ ਹੈ ਸ਼ੇਰਿਆ। ਜਿੰਨੀ ਦੇਰ ਤੱਕ ਮੇਰੇ ਕੋਈ ਸਿਪਾਹੀ ਜ਼ਿੰਦਾ, ਕੋਈ ਗੋਲੀ ਤੇਰੇ ਤੱਕ ਨਹੀਂ ਪਹੁੰਚ ਸਕਦੀ। ਕੁੱਤੇ ਦੀ ਮੌਤ ਆਵੇ। ਤੇ ਉਹ ਯਤੀਮਖਾਨੇ ਵਿੱਚ ਲੱਗਦਾ ਪੁਲਿਸਾਂ ਦੀ ਮੌਤ ਆਵੇ, ਤੇ ਉਹ ਸਾਡੇ ਜਿਹੇ ਸਮਗਲਰਾਂ ਨਾਲ ਮੱਥਾ ਲਾ ਲੈਂਦਾ। ਹਾਲੇ ਵੀ ਵੇਲੇ ਮੇਰੀਆਂ ਕੜੀਆਂ ਖੋਲਦੇ ਇੰਸਪੈਕਟਰ, ਇਹਨਾਂ ਖਤਾਰਾਂ ਨੂੰ ਮਾਰ ਦਿਆਂਗੇ ਤੇ ਧਮਾਕੇ ਆਪ ਬੰਦ ਹੋ ਜਾਣਗੇ। ਨਹੀਂ ਸ਼ੇਰਿਆ, ਉਹ ਇਹਨਾਂ ਨੂੰ ਮਾਰਨ ਵਾਲੀ ਗੱਲ ਕਰੋ, ਇਹਨੇ ਖਾਕੀ ਵਰਦੀ ਵਾਲੇ ਨੂੰ, ਕਿਉਂਕਿ ਇਹ ਮਰੇਗਾ ਤੇ ਗੌਰਮੈਂਟ ਇਹਨਾਂ ਦਾ ਮਿਜ਼ਾਜ ਬਣਾਏਗੀ। ਸ਼ਹੀਦਾਂ ਚ ਇਹਨਾਂ ਦਾ ਨਾਂ ਲਿਖਿਆ ਜਾਏਗਾ। ਉਹ ਇਹਨਾਂ ਦੇ ਬੱਚਿਆਂ ਨੂੰ ਅਨਾਊਂਸ ਮਿਲੇਗਾ। 1, 2, 3, 4 ਸਾਥੀ ਸੇ ਬੋਲੋ ਕਿ ਆਪਣੇ ਸਾਰਾ ਸੇ ਪੀਕੋ, ਨਹੀਂ ਤਾਂ ਹਮ ਕਲਾਸ਼ਨਕੋਵ ਸੇ ਤੋ ਗੋਲਾ ਦੇਗਾ। ਬੋਲੋ ਕਹਿਣਾ। ਅੱਛਾ ਅੱਛਾ, ਬੋਲਤੇ 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 ਪੈਕੋ 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 ਪੈਕੋ। ਸ਼ਾਬਾਸ਼ ਸ਼ਾਬਾਸ਼, ਅਬ ਤੁਮ ਵੀ ਆਪਣੇ ਕਲਾਸ਼ਨਕੋਵ ਪੈਕੋ, ਨਹੀਂ ਤੋ ਸ਼ੇਰ ਕਾ ਬੱਚਾ ਤੁਮਾਰਾ ਸੁਣਵਾਏਗਾ। ਚਲੋ ਭਾਗ ਉਸੇ ਔਲਾਦ ਹਮਾਰੇ ਪਾਸ ਕਲਾਸ਼ਨਕੋਵ ਕਿਧਰ ਹੈ? ਅੱਜ ਮੈਂ ਤੁਹਾਨੂੰ ਇਸ ਇਲਾਕੇ ਚੋਂ ਜ਼ਿੰਦਾ ਵਾਪਸ ਨਹੀਂ ਜਾਣ ਦਿਆਂਗਾ। ਉਹ ਸ਼ੇਰ ਖਾਨ, ਉਹ ਤੁਮ ਤਾਂ ਸਹੀ ਗੋਲੀ ਸੁਣਾਤੇ ਯਾ ਖੁਦਾ ਪਾਕਾ। ਸ਼ੁਕਰ ਹੈ ਖੁਦਾ ਪਾਕਾ, ਮੇਰਾ ਠੰਡ ਬਚ ਗਿਆ ਕਹਿਣਾ। ਹਮ ਕਿਸੇ ਇਲਾਕੇ ਕੇ ਅੰਦਰ ਆ ਗਏ। ਇਹਦਾ ਤੋ ਸ਼ਬਾ ਬਰਾਤ ਕਾ ਮਾਫਿਕ ਪਟਾਖਾਨੀ ਗੁਲੀ ਚਲਤੇ। ਚਲੋ ਬੱਚਾ, ਇਹਦੇ ਸੇ ਨਿਕਲੋ ਕਹਿਣਾ, ਨਹੀਂ ਤੋ ਯੂਲਾ ਦੇਗਾ। ਓਏ ਆਜ ਹਮ ਆਪਣਾ ਟਿੰਡ ਕੇ ਸਾਥ ਇਸ ਜੰਗ ਕਾ ਮੈਦਾਨ ਮੇ ਕਿਲੇ ਆ ਗਏ। ਓਏ ਬੱਚਾ, ਉਹ ਜ਼ਾਲਿਮ ਕਾ ਬੱਚਾ ਤੁਮ ਕਿਤਨਾ ਖਤਰਨਾਕ ਜਗ੍ਹਾ ਪੇ ਗੋਲੀ ਮਾਰੇ। ਵਾ ਤੂਬਾ ਤੂਬਾ।
دماغ لڑکا بچے ہاں وہ ہم تو گوبھی تانے لے کے جائے گا کافر کا اولاد چھوڑے گا نہیں ادھر ہمارا چیپ چیپ آتا تمہارا پیچھے آزاد تر دے جنہ دی کنڈ پیچھے بڑے بڑے وڈے ہاتھ نے جڑے اس پاک وطن دی مٹی نو اپنے زمین دی بوریاں چ بند کر کے سمندروں پار تے بارڈروں پار رکھاتے نے ایہو جے قاتل زمین فروش کنے چر تک آزاد رہن گے اے انہاں چکری آزاد پھرن گے پتر جد تک ساڈے ہتھاں نو رشوت دے نوٹ پھڑن دی عادت رہے گی جدو تک سچی گواہی دوان لئی سرا تے قرآن رکھن دی ضرورت رہے گی جدو تک قاتلوں پھانسی دے تختے تو بچان لئی ججاں نو خریدن دی ساڈے چ ہمت رہے گی پر قصور کیڑا ہے کچھ تہاڈا تے کچھ ساڈا تسی اپنے پھل ودھان لئی بے قصوراں نو پھڑدے ہو تے اسی بندے چڑھان لئی شہر دے مشہوراں نو پھڑنے ہاں شریف نو چور جاندے ہو تے اسی ہر نیک تے بد پرچیے نو رشوت خور جاندے ہاں رب دا واسطہ جی عوام نال دلوں رشتہ جوڑ لو پتر مجرم اپنی تھان تے آپ مر جان گے مسجد دے اندر ہی جانا مکا دیاں گے مسجد شہید ہون دی عادت سانو حضرت علی شیر خدا نے پا دیتی ہے پر تساں یہودیاں نے اپنی عادت نہیں چھڈی سریا تو بے فکر ہو کے نماز دیا رکاتا پوریا کر شیریا انہاں دے جنازے میں پڑھاواں گی میری فوٹو میں ہونے لے آنا وا ایسے کتنی اچھی آئی ہو تو میں اپنی کھچائی سی اپنی بھن کی فوٹو کھینچ دی جگ رہے میرے سونے رب کا جہاں پوری دنیا کا سردار ہو کے بھی
ਤੁਹਾਡੇ ਵਰਗੇ ਜ਼ਾਲਿਮ ਸਰਦਾਰਾਂ ਨੂੰ ਬਰਦਾਸ਼ਤ ਕਰੀ ਜਾ ਰਿਹਾ ਹੈ। ਨਹੀਂ ਤੇ ਤੁਹਾਡੀਆਂ ਕਰਤੂਤਾਂ ਇੱਕ ਦਿਨ ਵੀ ਜ਼ਿੰਦਾ ਰਹਿਣ ਵਾਲੀਆਂ ਨਹੀਂ। ਓਏ ਇਹਦੇ ਮੂੰਹ ਜ਼ਬਾਨ ਆਪਣੀ ਦੇ ਸ਼ੇਰ ਬਲੋਚਦੀ ਹੈ। ਦੁਸ਼ਮਣ ਟਿੰਡ ਕਿਹੜੀ ਏ? ਟਿੰਡ ਕੋਈ ਵੀ ਹੋਵੇ, ਤੁਹਾਨੂੰ ਜਿਹੜੀ ਟਿੰਡ ਵੀ ਨਜ਼ਰ ਆਵੇ ਉਹਨੂੰ ਗੋਲੀ ਨਾਲ ਉੜਾ ਦਿਓ। ਇਸ ਤਰ੍ਹਾਂ ਸਾਰੀਆਂ ਟਿੰਡਾਂ ਮੁੱਕ ਜਾਣ ਗਿਆ ਤੇ ਸਾਡਾ ਗੰਜਾ ਦੁਸ਼ਮਣ ਵੀ ਮੁੱਕ ਜਾਏਗਾ। ਆਹ
अजीब जमाना आ गया, थोड़ा ग्रुप तो बाद टेंट कातल ग्रुप आ गया। जेरी टेंट वेंड उन्हें लो लुआर कर देना, उसके बाद कतल कर देना। फिर तुम हमारा मजा खराब करे करा तू पी गना लगा चलना ग्रुप आ गई बच गई है। अकबर खान, अकबर खान, आज ट्रेन से लंबे लंबे वाला नहीं देख पाके मैंने डराना गया। किधरे पेस बदल के तेरी नियत छुटोड़ती नहीं आ गया। देख अंजिया बोल दे तू नहीं मेरे नाल इश्क करता करता तेरी जबानों सबके सुन गया। चंदे वाल किस आ गए ने दुआ कर शराब लोट मफरूर फड़ा जाए। ओए अच्छा बच्चा तुहाडे कोलों कल्ला नहीं फड़िया जा रहा, चलो जाओ दुआ करांगे तुहाडे कोलों फड़िया ही जावे। नीयत ठीक कर लो फड़ लोगे। ओए तुहाडी नीयत ठीक होवे जे किसे नूं फड़न दी ते कोई फड़िया ना जावे ए किस तरह हो सकदा है। Thank you.
ਨਹੀਂ ਮੰਗਵਾਈ। ਹੁਣ ਤੇ ਚਾਹ ਪੀਣੀ ਪਵੇਗੀ ਬੇਗਮ ਸਾਹਿਬਾ। ਅਸੀਂ ਤੇ ਕੁਝ ਹੋਰ ਪੀਣ ਦਾ ਪ੍ਰੋਗਰਾਮ ਬਣਾਇਆ ਸੀ। ਪੰਛੀ ਤੇ ਪਰਦੇਸੀ, ਹਾਂ ਪੰਛੀ ਤੇ ਪਰਦੇਸੀ। ਹੌਸਲਾ ਕਰ ਜਾਨੀ, ਹਾਲੀ ਤੇ ਮੇਰੀਆਂ ਹੱਡੀਆਂ ਹੀ ਦੁਖ ਰਹੀਆਂ ਨੇ। ਬਸ ਜ਼ਰਾ ਰਿਲੈਕਸ ਕਰਕੇ ਮੈਂ ਹੁਣੇ ਹੀ ਆਇਆ ਜਾਨੂ। ਦਰਵਾਜ਼ਾ ਖੋਲੋ ਡਾਰਲਿੰਗ, ਇਹ ਵੇਖੋ ਮੈਂ ਤੁਹਾਡੇ ਲਈ ਕਿੰਨਾ ਕੀਮਤੀ ਸ਼ੈਂਪੂ ਤੇ ਕਿੰਨਾ ਅੱਛਾ ਸੋਪ ਲੈ ਕੇ ਆਈ ਆ। ਐ ਮੈਂ ਆਇਆ ਜਾਨ, ਇੱਕ ਮਿੰਟ ਜ਼ਰਾ ਹੌਸਲਾ ਕਰ। ਡਾਰਲਿੰਗ ਫੜਾ ਵੀ ਦੇ। ਮਗਰ ਆਪਣਾ ਬੀਰ ਕੇ ਇੱਜ਼ਤ ਬਚਾਣੇ ਕੇ ਵਾਸਤੇ ਤੁਮਸੇ ਨੋਟ ਦੀਏਗਾ, ਤੁਮਹਾਰਾ ਜਾਨ ਕਾ ਸੌਦਾ ਕਰੇਗਾ। ਲਿਆ ਬੇਨ, ਤੁਮ ਆਪਣੇ ਸਿਰ ਕੋ ਕਵਰ ਕਰੋ।
और गल करो तुम कितने और कि साढ़े नाल दुश्मनी पाके बड़ा वड्डा खतरा मुल ले रहे हैं पठाड़ा। आ, तू एक पठान एक पंजाबी औरत मुफ्तान बना के कुछ चंगा नहीं लगा। वो चुप करो बेगैरत का बच्चा। औरत का बेन बनाने के वास्ते किसी इलाके किसी जबान की जरूरत नहीं है। ये पंजाब का बेन है मेरा बेन कला। औरत सिंध के फिर भी हमारा बेन है। औरत सरहद के फिर भी मेरा बेन है। औरत बलोचिस्तान के फिर भी मेरा बेन है। असि बहुत ताकतवर है पठाना। साढ़े कोल दाऊ काली तलवार है। बेखैर मर खवा बचा। मेरे पास भी नसवार है कना। यो खुदे पाको। यो खुदे पाको। बस कर भरावा अज तू एक भैन का मान रख के ओदी इज्जत बचा लई है। रब किसी मैदान च तेरी कंध ना लावे। वाह बीर अकबर खान इस दुनिया का अंदर अकेले। तुम हमको मिलेगा ना? हमको पूरा कायनात मिल गया, पूरा दुनिया मिल गया, हमारा फैमिली मिल गया। तू ठीक है ना वीरा? मेरी एक धी ही है। शाबाशी, फिर तो हम बहुत किस्मत वाले। फिर तो हम मामा भी हो गए कना। अब हम तुमको घर छोड़ के आते। आजा वीरा, ए मेरा घर है, आ अंदर लंघ गया। भरावां नूं भैणां दे घर आने लई किसी इजाजत की लोड़ नहीं हुंदी। ओ हम गैरतमंद लोग है कना, हम बीर का घर खाली अपनी जात है, हम फिर कभी आएगा। वीरा अपने पांजी से मिलता जा। ओ ठीक है, उसको इधर बुलाओ, हम उसको इधर ही मिलेगा। राणो राणा पुत्र बाहर आ, वे कौन है? राणो सलाम कर मामे नू। ऐ मेरा वीर ते तेरा मामा है। मैं समझी सा मेरा चाचा है। तेरा वीर समझ के सलाम कर देनी है। पर मैं नू मामा नहीं हूं कहना। ओ इसलिए कि मेरा बस एको ही चाचा है जड़ा मेरा सब कुछ है। वाह बच्चा, लगता तुम अपने चाचा के साथ बहुत प्यार करते। मगर हम भी अकबर खान है, हम तुमको मामा बन के दिखाएगा। जब हम तुमको डूरी में डालेगा तो फिर तुम हमको मामा मानेगा क्या ना? वाह बीर का चाचा किधर है ना? लग रहा शेरा ब्लॉक इस कार के अंदर या आसे पासे लुकया है। मेरी पूरी तरह नाकाबंदी करो। ये बड़े पेस बदल रहा है, धोखा ना खा लेना।
ਤੇ ਮੈਂ ਇਸ ਕਾਰ ਦੇ ਪਿਛਲੇ ਪਾਸੇ ਨਾਕਾ ਲਾ ਕੇ ਬੈਠਾ ਹੋਇਆ ਵਾਂ। ਖਬਰਦਾਰ ਹੋ ਸ਼ੇਰਿਆ, ਤੂੰ ਬਹੁਤੀ ਦੇਰ ਸਾਨੂੰ ਧੋਖਾ ਨਹੀਂ ਦੇ ਸਕਦਾ, ਇਹਨੂੰ ਗ੍ਰਿਫਤਾਰ ਕਰ ਲਓ। ਉਹ ਕੀ ਬਾਤ ਕਰਤੇ ਤੁਮ, ਹਮ ਸ਼ੇਰਾ ਨਹੀਂ ਹੈ, ਅਕਬਰ ਖਾਨ ਹੈ, ਬਾਬਰ ਖਾਨ ਕਾ ਬੇਟਾ। ਜੇ ਇਹ ਗੱਲ ਹੈ ਤੇ ਇਹਦੀ ਮੂੰਹ ਚੈੱਕ ਕਰੋ। ਉਹ ਤੁਮ ਹਮਾਰੇ ਮੂੰਹ ਕੋ ਕੈਸੇ ਹੱਥ ਲਗਾਏਗਾ, ਹੋਏ ਹਮਾਰੇ ਮੂੰਹ ਸੇ ਹਮ ਖੁਦ ਹੱਥ ਲਗਾਏਗਾ, ਦੇਖੋ ਕਹਿਣਾ। ਇਹਦੀ ਸਾਈਕਲ ਤੇ ਕਬਜ਼ਾ ਕਰ ਲਓ। پکڑتے وہ اکبر خان کا سیکھنے، ہم خود بھی نسور کرتے اس کو بھی کھلاتے، ہم خود بھی نسور کا ناشتہ کرتے اس کو بھی کراتے کنا، تو پکڑ کے دکھاؤ پولیس کا بچہ۔ ਹਵੇਲੀ ਤੁਰਨ ਵਾਲੀ ਗੱਲ ਕਰ, ਉੱਥੇ ਮੈਂ ਚੱਲ ਕੇ ਤੈਨੂੰ ਸਰਦਾਰ ਖਾਨ ਨੂੰ ਮਿਲਾਵਾਂ। ਤੇਰੀਆਂ ਤਰੀਫਾਂ ਸੁਣ ਸੁਣ ਕੇ ਸਾਡਾ ਜੀ ਕਰਦਾ, ਅਸੀਂ ਤੈਨੂੰ ਆਪਣਾ ਰਿਸ਼ਤੇਦਾਰ ਬਣਾ ਲਈਏ ਅਕਬਰ ਖਾਨ, ਪਰ ਹੁਣ ਤੂੰ ਸਾਡਾ ਇੱਕ ਕੰਮ ਕਰ ਦੇ, ਨੋਟ ਸਾਡੀ ਮਰਜ਼ੀ ਦੇ, ਸਾਡੇ ਦੁਸ਼ਮਣ ਛੇਰੇ ਬਲੋਚ ਨੂੰ ਕੱਢੋ ਕਰ ਦੇ। ਓਏ ਪਹਿਲਵਾਨ ਸੇਵਾ, ਹਮਾਰਾ ਪਾਸ ਸੁਣ, ਓਏ ਹਮ ਪਟਾਲ ਕਾ ਬਾਸ਼ੇ, ہم پیسہ لے کر نہ کسی کا لڑکی کو اٹھاتے اور نہ کسی کا قتل کرتے۔ تم میرے پاس ہمارا یاد رکھو ہے کہ تم شیرا بلوچ کا قتل کا بات کیے، ہم کو ایسے لگے جیسے ہمارا سینے پہ چوری چل گئے، ہمارا قتل تم کر دیے۔ ویسے بندہ بندے کا دارو ہوتا ہے کہ نا، تم ہمارا کام کرو، ہم تمہارا کام کا خیر کرے گا، ٹھیک ہے؟ یہ بہت بتاؤ، ਇਹ ਕਿਸ ਚੋਕਰਾ ਕਪੂਟ ਹੋਏ? ਓ ਖਾਨ ਬਾਬਾ ਜੀ, ਇਹ ਸਾਡੇ ਚਾਚੇ ਦਾ ਪੁੱਤਰ ਦੇ ਥਾਣੇਦਾਰ ਹੈ। ਵਾਹ ਵਾਹ, ਓ ਸ਼ੇਰੇ ਬਾਬਰ, ਖਾਲਸ ਕੁਆਰਾ ਤੇ ਸ਼ੀ ਵਰਗਾ ਜਵਾਨ ਹੈ। ਯਾ ਖੁਦਾ ਏ ਪਾਖਾ, ਖਾਨ ਬਾਬਾ ਤੇਰੀ ਨਜ਼ਰ ਵਿੱਚ ਕੋਈ ਕੁੜੀ ਹੋਵੇ ਤੇ ਸਾਨੂੰ ਦੱਸੀ। ਓ ਤਮਾਮ ਕੋ ਖੰਡਰ ਸਮਝਦੇ ਨਹੀਂ ਖਾਨ ਬਾਬਾ, ਮੈਂ ਤੇ ਰਿਸ਼ਤੇ ਦੀ ਗੱਲ ਕੀਤੀ। ਇਹ ਸਭ ਬੋਲ ਕਰ ਨਹੀਂ ਤਾਂ ਤੁਹਾਡਾ ਮਗਜ਼ ਪਾਲੇਗਾ। ہم ایک بات بولتے ہوئے، اگر اس لڑکا کا قسمت میں لڑکی ہوئے گا، اس کو ضرور ملے گا، نہیں تو جب تک اس کو لڑکی نہیں ملتے، ہم اس کو اپنا شوکت کے اندر رکھے گا، ٹھیک ہے خاجہ؟ تم ہمارا بات سنو، اے پہلوانی، اگر تم شیرا بلوچ کو مارنے ادھر مدار کے اندر جا کے مارو۔ Thank you.
ਕਸੂਰੇ 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 ਆ ਕਸੂਰੇ 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 ਕੌਣ ਹੈ ਤੂੰ ਸ਼ੇਰਾ ਬਲੋਚ ਮਫਰੂਰ ਵੀ ਹੈ ਤੇ ਮਜਬੂਰ ਮੇਰਾ ਨਾ ਜਾਨੀ ਮੋਟੀ ਹੈ ਮੈਂ ਜੁੱਤੀ ਕਸੂਰੀ ਇਹੋ ਜਿਹੀ ਬਣਾਉਣਾ ਵਾ ਜਿਹਦੀ ਬੁੱਢੀ ਪਾਉਂਦੀ ਉਹ ਜਾਨੀ ਜਾਨੀ ਕਰਦੀ ਹੈ ਕੀ ਲੰਬਰ ਹੈ ਤੇਰੀ ਬੁੱਢੀ ਦੇ ਪੈਰ ਦਾ ਉਹ ਯਾਰ ਉਹ 6 ਫੁੱਟ ਲੰਮੀ ਹੂੰ ਤੇ ਬਾਕੀ ਪੈਰ ਦਾ ਨੰਬਰ ਤੂੰ ਆਪੇ ਹੀ ਜਾਣ ਲੈ ਰਕਮ ਮੂੰਹ ਮੰਗੀ ਦਿਆਂਗਾ ਜੇ ਜਾ ਕੇ ਤੂੰ ਆਪਣੇ ਹੱਥੀ ਜੁੱਤੀ ਦੇ ਕੇ ਆਵੇਂ ਤੇ ਫਿਰ ਉਹਦਾ ਨਾਂ ਪਤਾ ਤੇ ਬਲਦੀਤ ਲਿਖਾ ਮੇਰੇ ਦੱਸੇ ਪਤੇ ਤੇ ਪਹੁੰਚ ਕੇ ਉੱਚੀ ਜੇ ਸ਼ੇਰਾ ਬਲੋਚ ਕਹਿ ਕੇ ਆਵਾਜ਼ ਮਾਰੀ ਉਹ ਆਪ ਤੇਰੇ ਕੋਲ ਪਹੁੰਚ ਜਾਏਗੀ ਫਿਰ ਆਪਣਾ ਦਿਖਾ ਦੇਣਾ ਮੈਨੂੰ ਪੈਰ ਪੈਰ ਬੜਾ ਭਾਰਾ ਤੰਗ ਤੇ ਨੀ ਕਰਦੀ ਜੁੱਤੀ ਬੜੀ ਤੰਗ ਕਰਦੀ ਹੈ ਤੰਗ ਕਰਦੀ ਹੈ ਫਿਰ ਦੂਸਰਾ ਪੈਰ ਵਿਖਾਓ ਹੁਣ ਤੁਸੀਂ ਬਾਲ ਵੀ ਸ਼ੇਰੇ ਬਲੋਚ ਤੋਂ ਸਿੱਧੇ ਚਲੇ ਜਾਓ ਤੇ ਭਾਵੇਂ ਲੰਗੜਾ ਕੇ ਜਾਓ ਸ਼ੇਰਾ ਬਲੋਚ ਇਹ ਹੁਣ ਮੇਰੀ ਬੀਵੀ ਦੇ ਕੰਮ ਆਏਗੀ Thank you.
ਜੁੱਤੀਆਂ
ਤੁਹਾਡੇ ਹੀ ਮੂੰਹ। मेरे हाथ से आज तुझिया लाशा चुकने वाला कोई नहीं होगा। तुमको पैसा दे दिए मगर हम तुम्हारा नाम का ऐसे इसमें से नहीं देगा करना। ये हम अपना बाजी का शादी करेगा धीरे धीरे मेरा बानी खुदा है पाका। पठान जिन्हें हीरा मंडी दे कोठे ते नोट लेके साडे नाल दुश्मनी पाई सी एदे कोल नोटां दा ब्रीफकेस लेके एदियां लत्तां पावां तोड़ के इहनू सेफ ते बिछा दिओ। ए खजाना साडे हवाले कर दे पठाना। वो ब्रीफकेस अकबर खान का आदमी है, किसी चीड़ी का बच्चा का हाथ में नहीं है कि तुम तीन लेगा। अगर तुम इतना तगड़ा है कहना मैं इधर रखता है तुम इसको उठा कर दिखाओ। ए, ये बड़ा कहना ये कुल्फी भी उठा कर दिखाओ। अरे परूद बन के इस गंजे नु तबाह कर दियो। वो बारूद कैसे बन के तबाह करो, हम भी फिर अपना बारूद कहेगा। चलो नस्वार जान। नसवर जान या खुदा है पाका, वो नसवर जान तुम हमसे जुदा हो के बहुत जुल्म किया आपने अकबर खान पर। ओ आए पठान की नसवार वाली डब्बी गंदी नाली डिग पी जाए इनू रेड़िया मार मार के पीती पीती कर दो। फड़ लो इनू। हम तुम्हारा ऐसा नहीं दिया, हमको माफी करो, बहुत मार पार किए। या खुदा
हमको माफ करो, हमको माफ करो। ओ बिग जी, जिस दिन का पठान भरा बनाया ना, अपने घर च मैं एक तोड़ा एक ड्रम नसवार का पार के रख लिया। वेखे ना, हर वेले मैं यह डब्बी अपने नाल रखनी हाँ कि पता नहीं केड़े वेले मेरे वीर लोड़ पै जाए। ओ बिग जी, खुदा पाक का गुरूर तब शुक्रे, तुम्हारे भाई अकबर खान का खुदा ने गुनाह माफ कर दिए। अब देखो मैं इसके साथ क्या करते। पकड़ो बहन जी, उनको करके बताओ। हमारे कुल्फी से अच्छी एक कला, अब हम तुम्हारे कुल्फी बनाएगा। खाना खराब का पुत्र हमारा कुल्फी भी जाया किए। ओ बेन जी, हम खुदा पाक से दौलत मांगा था, खुदा ने हमको दौलत दे दिया, अब इसमें से आधा सा हमारे जो हम तुमको देगा और आधा ऐसा मेरे खुदा पाक है। या खुदा पाक, हमारा बांजी यतीम है कना, ये तेरा आधा सा मैं उसको देता हूं, नाराज नहीं करेगा। ओ शुक्र है खुदा, शुक्र है। लो बहन जी, तुम बहुत किस्मत वाले, अब ये सारा माल तेरे। वीरा, जेला ने तेरी मदद करी दी है, तो हूं विवाह का इंतजाम भी तू आप ही चल के कर। ਸ਼ੇਰ ਬਲੋਚ ਨੇ ਹੀ ਮੋਹਰ ਕਤਲ ਕਰ ਦਿੱਤਾ।
मार दिता ही। ओ शेरे बलोच, तेरा मेरा घर, तेरा खाना खराब, तेनू है ना लगे, तेनू चिटक लगे, तेरा। ओए बिल्लू सर, तेनू मैं सड़क बनाने वास्ते तेरे नीचे रखिया। तेरे वर्गी इंजन पत्थर दे पत्थर पीस दे दे, पर तू शेरे बलोच वर्गी एक इंजनू नहीं दे सकता। मिसाइल लगता अल्लाह ने शेरे बलोच के साथ फोर लगा देते हैं। ओए उदे खुदा ने ते उदे सा वधा देते ने, पर सारा शैतान सारा साथ क्यों नहीं देता। ओए शैतान क्या तेरे ना कुत्ती की असी शैतान दे छेले नहीं। जे साढ़े नालो कोई वड्डा बड़ा पुत्रे ते सामने लिया जनाबे वाला एक कबूतर है जिहड़ा जिस बंदे दे मोड़े ते बैठ जाए शेरा बलोच अपना दुश्मन समझ के कतल कर देता है। पर सानू डर काहदा है? तुसी उदे दुश्मन थोड़े क्या मिलो टोपी ला के गल करो। टोपी मैं नहीं लानी। वो कबूतर मासूम कबूतर है, वो अखा बंद कर लैंदा बिल्ली नूं वेख के, किधर मैनू वेख के अखा बंद करके मेरे ते आ बैठा, ते शेरे बलोच ने मैनू अपना दुश्मन समझ के कतल कर देना है। मेरे परवरदिगार, मेरे चाचे ने दुश्मन की हर गोली तो महफूज रखी। वो कानून की नजर एक मुजरिम जरूर है, पर मेरे प्यो के मरण तो बाद वो मेरा चाचा ही नहीं मेरा प्यो भी है। वो साढ़े लिए घरों बेकार हो, तू उन्होंने अपनी पनाह च रखी। असि ते आप जाने शेरा बलोच छेती तो छेती रब को चला जाए। साडा दुश्मन प्यो की भतीजी साढ़े घर की नूह हो, असि तेरे टोटे करके हवेली की छत इलाका वन पा देंगे। मुंडियो एक सप्पड़ी है, ये पिंडे ते नाल सुहा छोड़ा नहीं। शेरे बलोच के मुंह से लगा है साडा खून, ये छेती हवेली चो पार कर दे, नहीं तो साडे भतीजे ने हो जाए डंग मारेगी, ते सरदार साडा सारा टप्पर मार देगी। फरियाद तेरे तक नहीं पहुंच रही, ते फिर मैं नंगे से खिलो के सरेआम बैठ पाऊंगी, ते समझागी कि रब भी मजलूम तिया दी फरियाद नहीं सुनदा, नहीं सुनदा। राणा नहीं, इस वार्ड का जोड़ा चखल खून है सब कुछ।
मैंने मेरे मुंह बने मामे ने तेरे दुश्मन सरदार खान ने कर लिया दिता। सरदार खान सरदार खान तो मेरे तीन बंदिया ने किया अपने बदले संदीप फकीर जी का झूठा सजन चाचा साड़ी क्यों जा गया एने टोटे करो एक एक टोटा साढ़े खानदान के एक एक हिस्से आ जाए चाचे ने पीरू भरन का वेला आ गई खातर मेरे बंद ने भी अन्या किया तेरी बेगुना भड़ेवी ने भी अन्या किया इसे तो मैं टोपी पा के फिर रहा वो मैं पछाण के मेरे मुंह से तेजाब ना सुट दे शेरा तुम 101 बेगैरत को कत्ल करता हम तुमको दांत देता करना अभी तुम हमारा जिगर का टुकड़ा हमारा बच्ची बना डाले हम तुमको कब्र के अंदर भी नहीं जिंदा छोड़ेगा झूठा मामा बन के दुश्मन ब्याह देता ही अच मैं तेरे पिंड फे देगा वहां भी तुम्हारा गोता जैसे काटेगा जैसे तैसे कपड़ा को काटते वो तुम हमारा बांझी का आगे निकाले और हमको एक दिखाते करना और शहर से बिल्ले की शक्ल आपस मिल जाए ऐसा मतलब यह नहीं कि बिल्ला भी शेर हो जाता है वह जो शेर गोले पर बैठेगा वह जंगल के शेर नहीं है सर्कस के शेर है और कहना अरे नस्वार मेरी जबान में लगा दे नहीं तो हमें चला देंगे टिंडला पटाखा या खुशे फाका अब कल करो मैं सत्तम you
शेरजा खान, आज तू मेरा सक्का पड़ा है। वो जब हमने स्वर काले थे करना, फिर तुमको बाप भी नजर आएगा, दादा भी नजर आएगा। Come on, 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 come on
साहब स्मगलरां दे सरदार मिजाइल दा रस्ता रोक लिया जे अज ना जुम्मा है ना ईद है केड़ा खुतबा पढ़ाना जे तिया पहला भी बेहुदमती करना छड़ दियो काम सिमटे यजीद ने करबला रे मैदान च कीता सी आज तक पूरी इंसानियत लानत भेज रही है तुसी साढ़े ते लानत पा दियो इना सारिया ते पा दियो पर साड़ी राह छड़ दियो वो इसलिए कि सानू तुहाडी कोई लोड़ नहीं ताड़े घर पुत्र जमे ते मौलवी दी लोड़ ताड़े घर जनाजा होवे ते मौलवी दी लोड़ ती भैन दा निकाह होवे ते मौलवी दी लोड़ चला गोली मैं जलूस कटा के नस जाने वाला मौलवी नहीं हां मैं सीने से गोली खा के पाकिस्तान दे सारे इमामां दा सिर ऊंचा कर जावांगा जिंदाबाद मौली साहब जिंदाबाद जे तुहानू शहादत दी मौत दा इना शौक है ते मैं कुत्ता कबीना जलील कौन आ ते हरामजादे कौन ने जो तेनू शहादत दी मौत रोकण खिचेगा ते दोवे ड्रम थले ते मावा दिया बल्ले बल्ले ते सारे रिश्तेदार तालू कलिया चढ़ के किते चले गए तू भी ते कुछ बोल गुत्ता वाली है लगदा है तेरी किसे मां भैन दी भी गुत नहीं होनी ताई ते तू गुत रख के अपना चाह पूरा करदा फिरना खुश रहा हाय हाय तैनू कह रही है मेरे नाल ते फ्री नहीं शेरे बलोच ने साडे बड़े साथियां नू चुन चुन के मारिया है साडा कसूर सिर्फ एना सी कि असी उदे वड्डे भरा नू मार दिता सी बस ते हुण उस तिजू ने भी मारना है जिदे लई मैं बमा दी सड़क में जाके आया वहां वो बस करो मुली से बस करो उसका फटा उलट गया हमारे इमाम साहब को कत्ल किए हमारे बेर और बंजी को उठाए और जब तक हम उसका टुकड़ा नहीं करेगा हम पंजाब का बेर को अपना शक्ल नहीं दिखाएगा तैनू अकबर खान बुलांदा आदर वे हो तू ही कोई मंत्र पढ़ एदे लई ग्वाल मंडियो लस्सी मंगवा हीरा मंडियो सीरी पावे ते छोला मंगवा तू ही एदू उठा लिए ਤੁਸੀਂ ਕਰਨਾ ਕਰਵੇ ਅੱਜ ਮੈਂ ਆਪਣੇ ਮਾਮੇ ਨੂੰ ਇਹੋ ਜਿਹਾ ਉਠਾਵਾਂਗੀ ਤੇ ਫਿਰ ਤੁਹਾਡੇ ਸਾਰੇ ਬਗਾਤਾਂ ਕੋਲੋਂ ਵੀ ਨਹੀਂ ਬੈਠੇਗਾ ਉਠ ਮਾਮਾ ਅੱਜ ਇੱਕ ਅੰਨੀ ਭੜੇਵੀ ਨੂੰ ਤੇਰੀ ਲੋੜ ਹੈ ਉਠ ਮਾਮਾ ਸਾਰੇ ਗਾਮਾ तेरे विचों आवे मां तो बाद कोई रिश्ता मैनू मामे जिया बखावे
कोई रिश्ता मैनू मामी जिया बखावे तेरी आन मेरा की मान ते मैं कुर्बान तू बाबल मामा तेनू भुला ते मैं मर जावा तेनू भुला ते मैं मर जावा तेनू भुला ते मैं मर जावा नसवार पिया लबना पठाना दुश्मन काबू आया ते सब तो पहले उसे एटम बम से कब्जा किया पिशावर तेरे लिए नसवार मंगवा दे या खुदा पका तेरे शुक करे हूं तू जाने से तेरा खुदा पाक करे अम्मी जी तुमको खुदा पाक इसका बदले में जन्नत देगा अभी हमें छुटके दिखाएंगे कना ये धक्का पर भूत हम सारे के सारा पाक मारेगा तू तो रफाखिच टायर गोलियां मार दियो नी
सुरैया एडी वैशी क्यों हो गई है? वैशी इसलिए हो गई है कि गंडा सा वैशी जट गए। मैनू भी मार देंगे सुरैया, अल्लाह की कसम है मैं तो तेनू अपनी भैन समझना वा। मौत को सामने देख के ते बंदा भाले नू भी प्या बना लेता है। दोवें निके तू ठीक कतल किए ने, हराम दे सन, मैनू माफ कर दे, मेरी तो तू मां है। मां ते मैं शेरे बलोच ते बच्चे दी बना की, मैनू ते इंज लगता है जी मैं तेरे प्यो ने कोई कुत्ती कीती होवेगी। मैं कातल नहीं, मेरे मोड़े से कबूतर बैठा है। ते फिर मुंह नंगा कर तेन बिजली खावे और किले लगी आ बैठे।
وای یا خدا پاکا وای و کدر امار بچی و کدر و کدر ماما تم کدر ماما ماما دے پیار دی خوشبو تیرے وچوں آوے ماں تو بعد کوئی رشتہ مینوں مامے جیا وکھاوے تیری آن میرا ایمان تے میں قربان تو بابل ماما سدا اصلی خون دنگا سدا اصلی خون دناتا